ਗੁੱਡ ਈਵਨਿੰਗ एवरीवन ਇੱਕ ਇੰਪੋਰਟੈਂਟ ਅਨਾਉਂਸਮੈਂਟ ਹੈ ਜੀ ਕਿ ਜਿਹੜੀ ਟਰਾਂਸਫਰਸ ਦੇ ਰਿਕਾਰਡਿੰਗ ਸੀਗੀ ਗੱਲ ਕਿ ਜਿਹੜੀਆਂ ਟਰਾਂਸਫਰਸ ਟਰਾਂਸਫਰ ਹੋਣੀਆਂ ਟਰਾਂਸਫਰ ਹੋਣੀਆਂ ਸੀਗੀਆਂ ਡਿਊਰਿੰਗ ਕੋਵਿਡ 19 ਪੀਰੀਅਡ ਦੇ ਕਾਰਨ ਕੁਝ ਪ੍ਰੋਬਲਮ ਹੋ ਗਈ ਸੀ ਕੇਸ ਹੋ ਗਿਆ ਸੀ ਉਹ ਕੇਸ ਕਰਨ ਕੋਈ ਵੀ ਟਰਾਂਸਫਰ ਨਹੀਂ ਹੋਈ ਸੀ ਟੀਚਰਸ ਦੀ ਉਦੀ ਅਗਲੀ ਨੈਕਸਟ ਡੇਟ ਪਾ ਦਿੱਤੀ ਗਈ ਹੈ ਅੱਜ ਡੇਟ ਸੀਗੀ ਬਟ ਅੱਜ ਕੋਈ ਵੀ ਫੈਸਲਾ ਨਹੀਂ ਆਇਆ ਦੇਖੋ ਪਹਿਲੇ ਨੰਬਰ ਤੇ ਆ ਹੈਗਾ ਕੇਸ ਨੰਬਰ ਜੀ ਠੀਕ ਹੈ ਇੰਨੇ ਕੇਸ ਬਏ ਹੋਏ ਨੇ 4-3 ਕੇਸ ਬਏ ਹੋਏ ਨੇ ਇਸ ਦੇ ਰਿਗਾਰਡਿੰਗ ਟੀਚਰਸ ਟਰਾਂਸਫਰ ਦੇ ਰਿਗਾਰਡਿੰਗ ਤੇ ਕੋਈ ਵੀ ਅੱਜ ਪ੍ਰੈਜ਼ੈਂਟ ਨਹੀਂ ਹੋਇਆ ਨਾ ਤਾਂ ਉਧਰੋਂ ਪ੍ਰੈਜ਼ੈਂਟ ਹੋਇਆ ਕੋਈ ਵੀ ਅੱਜ ਪ੍ਰੈਜ਼ੈਂਟ ਨਹੀਂ ਹੋਇਆ ਜਿਸ ਦੇ ਕਾਰਨ ਅਗਲੀ ਡੇਟ ਪੈ ਗਈ ਹੈ ਅਗਲੀ ਡੇਟ ਕਰ ਦਿੱਤਾ 17 ਮਾਰਚ ਦੀ ਹੈ ਜੀ ਰਿਗਾਰਡਿੰਗ 17 ਮਾਰਚ ਦੀ ਡੇਟ ਹੈ ਅਗਲੀ ਫॉर ਰਿਗਾਰਡਿੰਗ ਹਰ ਟੀਚਰਸ ਟ੍ਰਾਂਸਫਰ ਲਈ ਠੀਕ ਹੈ ਬਸ ਦੈਟਸ ਫॉर ਟੂਡੇ ਥੈਂਕ ਯੂ ਹੈਵ ਅ ਨਾਈਸ ਡੇ